ਕਿ ਤੁਹਾਡੀ ਸਕਿਨ ਵੀ ਪਤਲੀ ਹੋਣੀ ਸ਼ੁਰੂ ਹੋ ਗਈ ਹੈ, ਉਹਦੇ 'ਤੇ ਰਿੰਕਲਸ ਪੈਣੀਆਂ ਸ਼ੁਰੂ ਹੋ ਗਈਆਂ। ਜੀ ਹਾਂ, ਇਹਦਾ ਮਤਲਬ ਹੈ ਕਿ ਤੁਹਾਡੀ ਬਾਡੀ ਦੇ ਵਿੱਚ ਕੋਲੇਜਨ ਘਟਣਾ ਸ਼ੁਰੂ ਹੋ ਗਿਆ। ਕਿਵੇਂ ਪਤਾ ਚੱਲਦਾ ਹੈ ਕਿ ਸਾਡੀ ਬਾਡੀ ਵਿੱਚ ਕੋਲੇਜਨ ਘਟ ਗਿਆ? ਸਾਡੀ ਸਕਿਨ ਸਭ ਤੋਂ ਪਹਿਲਾਂ, ਜਿਵੇਂ ਤੁਸੀਂ ਦੇਖ ਰਹੇ ਹੋ ਮੇਰੀ ਸਕਿਨ ਨੂੰ, ਤੁਹਾਨੂੰ ਮੋਟੀ ਲੱਗ ਰਹੀ ਹੈ ਕਿ ਪਤਲੀ? ਠੀਕ ਹੈ ਨਾ, ਤੁਹਾਡੀ ਫੇਸ ਵਾਲੀ ਸਕਿਨ ਪਤਲੀ ਹੋਣੀ ਸ਼ੁਰੂ ਹੋ ਜਾਏਗੀ, ਰਿੰਕਲਸ ਪੈਣੇ ਸ਼ੁਰੂ ਹੋ ਜਾਣਗੇ ਵੈਨ ਯੂ ਲਾਫ। ਅਗਰ ਤੁਸੀਂ ਨਹੀਂ ਵੀ ਹੱਸ ਰਹੇ ਹੋ ਤਾਂ ਵੀ ਤੁਹਾਡੇ ਅੱਖਾਂ ਦੇ ਨੀਚੇ ਔਰ ਸਾਈਡਸ 'ਤੇ, ਫੋਰਹੈਡ 'ਤੇ, ਫੇਸ 'ਤੇ ਰਿੰਕਲਸ ਪੈਣੇ ਸ਼ੁਰੂ ਹੋ ਜਾਣਗੇ। ਲਾਈਕ ਦਿਸ, ਕੈਨ ਯੂ ਸੀ? ਨਹੀਂ ਵੀ ਹੱਸ ਰਿਹਾ, ਬਿਨਾਂ ਤੁਸੀਂ ਹਲਕੀ ਜਿਹੀ ਵੀ ਸਮਾਈਲ ਕੀਤੀ ਤਾਂ ਬਹੁਤ ਜ਼ਿਆਦਾ ਦੋ ਤਿੰਨ ਲਾਈਨਸ ਬਣਨੀਆਂ ਸ਼ੁਰੂ ਹੋ ਜਾਣਗੀਆਂ। ਕੀ ਕਰਨਾ? ਜਦੋਂ ਸਾਡੀ ਸਕਿਨ ਪਤਲੀ ਹੋਣੀ ਸ਼ੁਰੂ ਹੋ ਜਾਏ, ਰਿੰਕਲਡ ਹੋ ਜਾਏ, ਤਾਂ ਸਾਨੂੰ ਆਪਣੀ ਡਾਇਟ ਵਿੱਚ ਕੋਲੇਜਨ ਐਡ ਕਰਨਾ ਚਾਹੀਦਾ। ਕੋਲੇਜਨ ਕਿਹੜੀਆਂ ਚੀਜ਼ਾਂ ਵਿੱਚ ਹੁੰਦਾ, ਕਿਹੜਾ ਕੋਲੇਜਨ ਲੈਣਾ ਚਾਹੀਦਾ? ਕੋਲੇਜਨ ਟਾਈਪ 1, ਟਾਈਪ 3, ਇਹ ਸਾਨੂੰ ਮਿਲਦਾ ਬੈਰੀਜ਼ ਦੇ ਵਿੱਚੋਂ, ਸਿਟਰਸ ਫਰੂਟਸ ਦੇ ਵਿੱਚੋਂ, ਪਾਲਕ ਦੇ ਵਿੱਚੋਂ, ਬਰੋਕਲੀ ਦੇ ਵਿੱਚੋਂ, ਬੋਨ ਬਰੋਥ ਸੂਪ ਦੇ ਵਿੱਚੋਂ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚੋਂ ਮਿਲਦਾ। ਬਟ ਸਭ ਤੋਂ ਜ਼ਿਆਦਾ ਕੋਲੇਜਨ ਸਾਨੂੰ ਉਦੋਂ ਮਿਲਦਾ ਜਦੋਂ ਅਸੀਂ ਖੁਸ਼ ਹੁੰਦੇ ਹਾਂ। ਖੁਸ਼ ਕਦੋਂ ਹੁੰਦੇ ਹਾਂ? ਜਦੋਂ ਅਸੀਂ ਅਰਲੀ ਮਾਰਨਿੰਗ ਉੱਠ ਕੇ ਪਾਠ ਕਰਦੇ ਹਾਂ, ਵਾਕ ਕਰਦੇ ਹਾਂ, ਐਂਡ ਆਪਣੇ ਹੈਪੀ ਹਾਰਮੋਨਸ ਨੂੰ ਐਕਟੀਵੇਟ ਕਰਦੇ ਹਾਂ।